ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ। ਸਿੱਖਿਆ ਮੰਤਰੀ ਬੈਂਸ ਵੱਲੋਂ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ, ਸਰਬੱਤ ਦੇ ਭਲੇ ਦੀ ਵੀ ਅਰਦਾਸ ਕੀਤੀ ਹੈ। ਧਾਰੀਵਾਲ ਤੋਂ ਪੱਤਰਕਾਰ ਰਜੇਸ਼ ਪੰਡਿਤ ਦੀ ਰਿਪੋਰਟ। ਗੁਰੂ ਰਾਮਦਾਸ ਜੀ ਦੀ ਪਵਿੱਤਰ ਇਸ ਧਰਤੀ ਦੇ ਉੱਤੇ ਤੇ ਅੱਜ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਡੀ ਦਿਵਸ ਦੇ ਮੌਕੇ ਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਾਂ। ਇਹੀ ਅਰਦਾਸ, ਇਹੀ ਬੇਨਤੀ ਹੈ ਕਿ ਗੁਰੂ ਸਾਹਿਬ ਸਦਾ ਹੀ ਸਿਰ 'ਤੇ ਹੱਥ ਰੱਖਣ। ਜੋ ਸੇਵਾ ਉਹਨੇ ਬਖਸ਼ੀ ਹੈ ਉਹ ਆਪਣੇ ਆਪ ਸਿਰ 'ਤੇ ਹੱਥ ਰੱਖ ਕੇ ਆਪਣੀ ਇੱਛਾ ਅਨੁਸਾਰ ਇਹ ਸੇਵਾ ਕਰਵਾਉਣ ਅਤੇ ਪੂਰੇ ਪੰਜਾਬ ਅਤੇ ਸਾਡੇ ਦੇਸ਼ ਅਤੇ ਦੁਨੀਆ 'ਤੇ ਸਦਾ ਹੀ ਅਮਨ ਸ਼ਾਂਤੀ ਬਣੀ ਰਹੇ। ਤੁਹਾਡੀ ਅਗਵਾਈ ਹੇਠ ਐਜੂਕੇਸ਼ਨ ਦਾ ਰਿਜ਼ਲਟ ਬਹੁਤ ਵਧੀਆ ਹੈ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅਗਵਾਈ ਨਹੀਂ, ਮੈਂ ਸਾਰੇ ਟੀਚਰਸ, ਉਹਨਾਂ ਸਾਰੇ ਟੀਚਰਸ ਨੂੰ, ਮਿਡ ਡੇ ਮੀਲ ਵਰਕਰਸ ਨੂੰ, ਸਾਰੇ ਹੀ ਮਹਿਕਮੇ ਦੇ ਹਰ ਇੱਕ ਮੁਲਾਜ਼ਮ ਨੂੰ ਸਲਾਮ ਹੈ। ਦੁੱਖ ਇੰਨਾ ਸੀਗਾ ਕਿ ਪਹਿਲਾਂ ਕਦੀ ਇਸ ਮਹਿਕਮੇ ਦਾ ਇਹ ਤਸਵੀਰ ਕਦੀ ਪੇਸ਼ ਹੀ ਨਹੀਂ ਕੀਤੀ ਗਈ ਸੀ। ਬਹੁਤ ਸਾਰੇ ਟੀਚਰਸ ਬਹੁਤ ਚੰਗਾ ਕੰਮ ਕਰਦੇ ਆ, ਪਰ ਇਸ ਮਹਿਕਮੇ ਨੂੰ ਸਿਰਫ ਧਰਨੇ ਵਾਲਾ ਮਹਿਕਮਾ ਆਖਿਆ ਗਿਆ। ਅਤੇ ਹਜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਵੱਡੇ ਬਦਲਾਵ ਮਿਲਣਗੇ। ਤੁਸੀਂ ਖੁਦ ਜਾ ਕੇ ਅੰਮ੍ਰਿਤਸਰ ਦੇ ਸਕੂਲਾਂ ਦੇ ਉੱਤੇ ਖਾਸ ਕਰਕੇ ਕਾਫੀ ਕੰਮ ਹੋ ਚੁੱਕਿਆ, ਚਾਹੇ ਉਹ ਛਿਆਟਾ ਦਾ ਸਕੂਲ ਹੋਵੇ, ਚਾਹੇ ਟਾਊਨ ਹਾਲ ਦਾ ਸਕੂਲ ਹੋਵੇ, ਹੋਰ ਵੀ ਚਾਹੇ ਮਾਡਲ ਟਾਊਨ ਹੋਵੇ ਅਤੇ ਤੁਸੀਂ ਮਾਲ ਰੋਡ ਦਾ ਸਕੂਲ ਹੋਵੇ, ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਕੂਲਾਂ 'ਚ ਤੁਹਾਨੂੰ ਅਗਲੇ 6 ਮਹੀਨੇ ਸਾਲ ਦੇ ਵਿੱਚ ਤੁਸੀਂ ਆਪ ਆਪਣੀ ਇੱਛਾ ਅਨੁਸਾਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭੇਜੋ। ਸਰ ਜਲੰਧਰ ਇਲੈਕਸ਼ਨ ਕਿਸ ਤਰ੍ਹਾਂ ਦੇ? ਜੋ ਗੁਰੂ ਸਾਹਿਬ ਦਾ ਜੋ ਫਰਮਾਨ ਹੋਊਗਾ, ਜੋ ਜਨਤਾ ਦਾ ਫਰਮਾਨ ਹੋਊਗਾ, ਸਿਰ ਮੱਥੇ ਹੋਊਗਾ। ਸਾਡੀ ਸਾਰੀ ਸਰਕਾਰ, ਸਾਡੀ ਸਾਰੀ ਟੀਮ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਆ, ਜੋ ਪੰਜਾਬ ਦੇ ਨਾਲ ਗਰੰਟੀਆਂ ਕੀਤੀਆਂ, ਉਸ ਤੋਂ ਬਾਅਦ ਚੜ੍ਹ ਕੇ ਅਸੀਂ ਆਪਣੀ ਸੇਵਾ ਨਿਭਾਵਾਂਗੇ। ਧੰਨਵਾਦ। ईवन हैंडीक्राफ्ट मेटल वर्ल्ड की दुनिया में आपका स्वागत है। किसी भी तरह की इमारत बनाने के बाद चिंता होती है उसे सजाने की, तो इस चिंता को भूलकर सजाइए अपने सपनों का घर, ऑफिस, होटल, रिजॉर्ट या फिर अपने कारोबारी बिल्डिंग को। फिर चाहे वह वास्तु के हिसाब से हो या फिर आधुनिक शैली के हिसाब से, हर तरह से, हर तरह की वैरायटी मिलेगी आपको केवल एवन हैंडीक्राफ्ट्स पठानकोट में। द मेटल डेकोर वर्ल्ड एंड द लार्जेस्ट स्टॉक कीपिंग यूनिट ऑफ मेटल डेकोर इन द रीजन, एवन हैंडीक्राफ्ट्स पठानकोट है। मैन्युफैक्चरर्स, कस्टमाइजर्स, इनोवेटर्स, बल्क सप्लायर्स एंड होलसेलर। एवन हैंडीक्राफ्ट्स पठानकोट की सबसे बड़ी खासियत है कि इनके द्वारा बनाया गया हर प्रोडक्ट जंग रहित प्रोडक्ट है। जी हाँ, रस्ट फ्री। एवन हैंडीक्राफ्ट पठानकोट के पास है वॉल आर्ट, वासेस एंड प्लांटर्स, मिरर्स एंड क्लॉक्स, फ्लोर एंड टेबल लैंप, कंसोल्स एंड नेस्टिंग टेबल्स, फिंगरिंग्स एंड स्टैचू एंड मच मोर। एवन हैंडीक्राफ्ट अंडरटेक इंटीरियर मेटल डेकोर प्रोजेक्ट्स, ये सब मिलेंगे आपको एक ही छत के नीचे। पंजाब, हिमाचल प्रदेश और जम्मू कश्मीर के लिए भी होलसेल एंड रिटेल की सेवा उपलब्ध है। इन दिनों मिलेगा आपको स्पेशल डिस्काउंट, तो एक बार जरूर आइए और मौका दीजिए एवन हैंडीक्राफ्ट्स पठानकोट को आपके सपनों की दुनिया को सजाने का। एवन हैंडीक्राफ्ट्स स्ट्रीट एडजॉइनिंग एवन केक्स एंड बेक्स, नजदीक पीर बाबा चौक, ढांगू रोड, पठानकोट। कॉन्टैक्ट नंबर 9417604147 या फिर 9780546468।